ਗੱਡਿਆਂ ਦੇ ਧਣੀ ਭਾਈ ਰੂਪ ਚੰਦ ਦੀ ਵਸਾਈ ਹੋਈ ਧਰਦੀ ਹੈ। ਇਹ ਆਕਿਆਂ ਦੇ ਕਾਲਾ ਭਾਈ ਰੂਪੇ ਪਿੰਡੋਂ ਹੈ। ਪਹਿਲਾਂ ਮੋਟਰਸਾਈਕਲ ਕਹਿੰਦੇ ਮੁੰਡੇ ਨੇ ਆਹ ਮੋਹਾਲੀ ਕੋਲ ਦੇ ਖੇਡ ਮੇਲੇ ਤੋਂ ਜਿੱਤ ਕੇ ਬੱਲੇ ਬੱਲੇ ਕਰਾਈ ਹੈ। ਕਦੇ ਗੁੜੀਏ ਗੁਰਦਾਸਪੁਰ ਦੇ ਮੇਲੇ ਤੋਂ ਤਕੜਾ ਖੇਡਿਆ ਹੈ। ਆਹ ਕਦੇ ਮੁੰਡੇ ਨੇ ਕਹਿੰਦੇ ਜ਼ਿਲ੍ਹੇ ਸੰਗਰੂਰ ਦੇ ਕਹਿੰਦੇ ਖੇਡ ਮੇਲੇ ਦੇ ਆਹ ਕਹਿੰਦੇ ਵੱਡੇ ਚਰਚੇ ਕਰਾਏ। ਤਿੰਨ ਮੋਟਰਸਾਈਕਲਾਂ ਦਾ ਕਹਿੰਦੇ ਜੇਤੂ ਖਿਡਾਰੀ ਹੈ। ਇੱਕ ਮਾਨ ਸਨਮਾਨ ਦੇ ਤੇ ਕਹਿੰਦੇ ਬਰੀਅਲ ਦੀ ਕਹਿੰਦੇ ਸਮੁੱਚੀ ਟੀਮ ਨੇ ਜਿਹੜਾ ਕਹਿੰਦੇ ਮੋਟਰਸਾਈਕਲ ਦਿੱਤਾ ਮੁੰਡੇ ਨੂੰ। ਇਹ ਆ ਕਹਿੰਦੇ ਕਾਲਾ ਭਾਈ ਰੂਪੇ ਪਿੰਡ ਦਾ। ਹੋਰ ਸਾਹਮਣੇ ਕਹਿੰਦੇ ਮੇਰੇ ਮਿੱਤਰੋ ਜੋਤ ਆ ਗਿਆ ਤੇ ਜੋਤ ਦੇ ਕਹਿੰਦੇ ਪਾਪਾ ਜੀ ਵੀ ਆਏ ਹੋਏ ਨੇ। ਹਰ ਅਗਲੇ ਪਾਸੇ ਕਹਿੰਦੇ ਖਿਡਾਰੀ ਖੇਡ ਦੇ ਮੈਦਾਨ ਵਿੱਚ ਕਹਿੰਦੇ ਤਿਆਰ ਪਰ ਤਿਆਰ। ਆਹ ਪੈਂਦੀ ਵਾਲ ਦੇ ਕਹਿੰਦੇ ਸੇਖੇ ਵਾਲਾ ਕੋਸ਼ਿਸ਼ ਕਰਦਾ ਹੋਇਆ। ਬਾਬੇ ਰੁਖੜ ਦਾਸ ਦੀ ਬਹੁਤ ਵੱਡੀ ਮਿਹਰ ਉਸ ਧਰਤੀ ਦੇ। ਇਹ ਸਾਲ ਕਹਿੰਦੇ ਵੱਡਾ ਕੱਪ ਹੋਇਆ। ਆਹ ਮੇਰੇ ਮਿੱਤਰੋ ਕਹਿੰਦੇ ਮੈਦਾਨ ਦੇ ਵਿੱਚ ਖਿਡਾਰੀ ਕਹਿੰਦੇ ਤਿਆਰ ਨੇ। ਇਹ ਕਾਲਾ ਕਹਿੰਦੇ ਭਾਈ ਰੂਪੇ ਵਾਲਾ ਉਹ ਦੁਨੀਆ ਦਾ ਮਹਾਨ ਖਿਡਾਰੀ ਆ ਤੇ ਦੂਜੇ ਬੰਨੇ ਕਹਿੰਦੇ ਜੋਤ ਆ ਮੇਰੇ ਮਿੱਤਰੋ। ਇਹ ਆ ਮੁੰਡਾ ਇਧਰਲੇ ਪਾਸੇ ਕਹਿੰਦੇ ਸੇਖੇ ਵਾਲਾ ਖੇਡ ਦੇ ਮੈਦਾਨ ਵਿੱਚ ਕਹਿੰਦੇ ਸਾਹਮਣਾ ਕਰਦਾ ਹੋਇਆ। ਨਾਲ ਕਹਿੰਦੇ ਭਰਸਲੇ ਵਾਲਾ ਕਹਿੰਦੇ ਗੋਲੂ ਖੜਾ। ਇਧਰਲੇ ਬੰਨੇ ਕਹਿੰਦੇ ਪੈਂਦੀ ਵਾਲ ਉਹ ਸਾਹਮਣੇ ਕਹਿੰਦੇ ਕੋਸ਼ਿਸ਼ ਕੀਤੀ ਕਹਿੰਦੇ ਖਿਡਾਰੀ ਨੇ ਔਰ ਵੱਖਰਾ ਕਹਿੰਦੇ ਸਵਾਰ ਕਰ ਦਿੱਤਾ ਮੇਰੇ ਮਿੱਤਰੋ। ਤਗੜੀਆਂ ਬਾਲਾਂ ਪਾਉਂਦਾ ਵੇਖ ਨਿੱਕਿਆ ਵੀਰਾ ਉਹ ਕਹਿੰਦੇ ਰੌਲਾ ਰੱਪਾ ਵੱਡਾ ਅੱਜ ਦੇ ਮੇਲੇ ਦਾ। ਰਾਕੇ ਕਹਿੰਦੇ ਰੌਲਾ ਰੱਪਾ ਕਹਿੰਦੇ ਵੱਡਾ ਦੇ ਨਵੇੜੇ ਹੋ ਜਾਣੇ ਆ ਭਾਈ ਰੂਪੇ ਵਾਲਾ ਹੈ। ਆਹ ਉਸ ਸਾਹਮਣੇ ਟਾਈਗਰ ਕਹਿੰਦੀ ਰਲੀ ਆ ਕ੍ਰਿਕਟ ਦਾ। ਕਾਲਾ ਕਹਿੰਦੇ ਬਾਲ ਪਾਉਣ ਲਈ ਕਹਿੰਦੇ ਤਿਆਰ ਵਰ ਤਿਆਰ ਹੈ। ਸੇਖਾ ਕਾਲਾ ਪਿੰਡ ਹੈ ਜੋਤ ਦਾ। ਆਹ ਪਹਿਲੇ ਮੈਚਾਂ ਤੋਂ ਕਹਿੰਦੇ ਤਕੜੇ ਖੇਡੇ ਖਿਡਾਰੇ ਹੁਣ ਫਾਈਨਲ ਦੀ ਟੱਕਰ ਹੈ। ਪੈਂਦੀ ਬਾਲ ਜਿਹੜੀ ਦੇਖਾਂਗੇ ਫੇਰ ਆਹ ਜੋਤ ਜੋਤ ਟਰਾਈ ਕਰਨਾ ਹੈ। ਉਹਨਾਂ ਦੇ ਪਾਸੇ ਦੇਖਾਂਗੇ ਬਾਲ ਜਿਹੜੀ ਖੇਡ ਮੈਦਾਨ ਦੇ ਵਿੱਚ ਆਹ ਟਿਕਾਣੇ ਲਈ ਹੈ ਪਰ ਦੇਖਾਂਗੇ ਜਿਹੜੇ ਫੈਸਲੇ। ਸਾਹਮਣੇ ਕਹਿੰਦੇ ਮੇਰੇ ਪੈਰਾਂ ਨੇ ਵਾਈਡ ਬਾਲ ਦੇ ਕਰ ਦਿੱਤੇ ਆ। ਉਧਰਲੇ ਬੰਨੇ ਪਾਣੀ ਵਾਲੇ ਵੀਰਾਂ ਦਾ ਸਾਰਿਆਂ ਨੇ ਮਾਨਦਾਰ ਕਰਨਾ ਸੁਬਾਹ ਤੋਂ ਕਹਿੰਦੇ ਸੇਵਾ ਸਾਂਭ ਰਿਹਾ। ਇਧਰਲੇ ਬੰਨੇ ਕਹਿੰਦੇ ਖਿਡਾਰੀ ਫੇਰ ਤਿਆਰ ਆ। ਇਹ ਆ ਨਜ਼ਰ ਕਾਲਾ ਮੇਰੇ ਮਿੱਤਰੋ ਭਾਈ ਰੁਪਏ ਵਾਲਾ ਤੇ ਸਾਹਮਣੇ ਕਹਿੰਦੇ ਸੇਖੇ ਵਾਲਾ ਜੋਤ ਕਹਿੰਦੇ ਤਿਆਰ ਆ ਨਿੱਕਿਆ ਵੀਰਾ ਵੇਖ ਲਾ ਸਾਹਮਣੇ। ਰਾਹ ਸਾਹਮਣੇ ਦੇਖੇ ਜੋਤ ਆ ਸੇਖੇ ਕੋਲ ਵਾਲਾ ਹੈ। ਜ਼ਿਲ੍ਹੇ ਬਠਿੰਡੇ ਦੀ ਕਹਿੰਦੇ ਧਰਤੀ ਦਾ ਕਹਿੰਦੇ ਮੁੰਡਾ ਬਾਲਾ ਪਾਉਂਦਾ ਹੈ ਤੇ ਮੋਗੇ ਵਾਲਾ ਕਹਿੰਦੇ ਸਾਹਮਣੇ ਹੈ ਤੇ ਫਰੀਦਕੋਟ ਦੀ ਕਹਿੰਦੇ ਧਰਤੀ ਹੈ। ਤਿੰਨ ਜ਼ਿਲ੍ਹੇ ਕਹਿੰਦੇ ਆਹ ਸਾਹਮਣੇ ਇਕੱਠੇ ਹੈ। ਬਾਲਾ ਪੈਂਦੀਆਂ ਨੇ ਭਾਈ ਰੂਪੇ ਪਿੰਡ ਦੇ ਕਹਿੰਦੇ ਕਾਲੇ ਦੀਆਂ ਜਿਹੜੀਆਂ ਖੇਡ ਮੈਦਾਨ ਦੇ ਵਿੱਚ ਆਪਾਂ ਦੇਖਾਂਗੇ ਤੇ ਦੂਜੇ ਪਾਸੇ ਕਹਿੰਦੇ ਜੋਤ ਕਹਿੰਦੇ ਤਿਆਰ ਵਰ ਤਿਆਰ ਹੈ ਵੀ ਮਹਿਫਲ ਦੀ ਜਿੰਦ ਜਾਣ ਪੰਜਾਬੀ। ਆਹ ਸ਼ੇਰ ਨੇ ਗੱਲਾਂ ਨੂੰ ਜਿੱਦਣ ਸ਼ੇਰ ਨਹੀਂ ਬਣਦੇ ਕਦੇ ਰੰਗਾ ਕੇ ਖਲਾਂ ਨੂੰ। ਆਹ ਖੁਦ ਗਦਾਰ ਜੋ ਕਹਿੰਦੇ ਗਦਾਰ ਪੰਜਾਬੀ ਏ ਮੇਰਾ ਯਾਰ ਪੰਜਾਬੀ ਏ ਮੇਰਾ ਪਿਆਰ ਪੰਜਾਬੀ ਏ ਤੇ ਜ਼ੁਲਮ ਨੂੰ ਰੋਕਣ ਵਾਲੀ ਇੱਕ ਤਲਵਾਰ ਪੰਜਾਬੀ ਏ। ਵਾਕਈ ਕਹਿੰਦੇ ਮੇਰੇ ਮਿੱਤਰੋ ਚਰਤੇ ਆਉਂਦੇ ਉਹਦੇ ਪਾਸੇ ਜਦੋਂ ਵੀ ਮੋਗੇ ਵਾਲੇ ਭਰਾ ਸਾਡੇ ਆਏ ਆ ਔਰ ਜਿੰਨੇ ਵੀ ਵੀਰ ਸਾਡੇ ਅੱਜ ਦੇ ਖੇਡ ਮੇਲੇ ਦੇ ਪੁੱਜੇ ਆ ਸਾਰਿਆਂ ਦਾ ਕਹਿੰਦੇ ਬਹੁਤ ਧੰਨਵਾਦ ਕਰਾਂਗੇ ਆਪਾਂ ਸਿੱਧੂ ਸਾਹਿਬ ਦੇ ਜਿੰਨੇ ਵੀ ਯਾਰ ਮੇਲੀ ਆਏ ਨੇ। ਉਹਦਲੇ ਬੰਦੇ ਕਹਿੰਦੇ 12 ਔਰ ਨਾਨਕਸਰ ਵਾਲਾ ਭਰਾ ਸਾਡਾ ਨਾਲ ਸੋਨਾ ਬਰਾੜ ਤੇ ਜੋਤੀ ਬਾਈ ਹੋਣੀ ਉਹ ਜਿਹੜੇ ਸਪੈਸ਼ਲ ਆਏ ਹੋਏ ਆ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਆਪਾਂ। ਗੱਲਾਂ ਹੁੰਦੀਆਂ ਨੇ ਨਵੀਂ ਸਕੋਰ ਕਹਿੰਦੇ ਬਣੇ ਆ ਵੀਰੇ ਕੁਮਰਦਵਾਰ ਇੱਕ ਸਕੋਰ ਇੱਕ ਤਾੜੀ ਮਾਰੇ ਔਰ ਪਹਿਲਾਂ ਵੀ ਕਿੱਡੇ ਤਗੜੇ ਓਵਰ ਪਾ ਕੇ ਦਿੱਤੇ ਆ ਕਹਿੰਦੇ ਟੀਮ ਨੂੰ ਕਾਲੇ ਨੇ। ਇਹ ਆ ਨੌਜਵਾਨ ਮੇਰੇ ਮਿੱਤਰੋ ਕਾਲੇ ਨੇ ਕਰਨ ਤੇ ਓਵਰ ਪਾ ਦਿੱਤਾ ਆ ਗਿਆ ਕਹਿੰਦੇ ਬੱਬੀ। ਪਿਛਲੇ ਮੈਚ ਦੇ ਵਿੱਚ ਵੀ ਆ ਮੁੰਡੇ ਨੇ ਸੋਹਣੀਆਂ ਬਾਲਾਂ ਕੀਤੀਆਂ ਨੇ ਔਰ ਖਿਡਾਰੀ ਕਹਿੰਦੇ ਤਿਆਰ। ਆ ਮੁੰਡਾ ਕਹਿੰਦੇ ਮਾਛੀ ਬੜੇ ਸਾਹਿਬ ਦੇ ਇਲਾਕੇ ਰਹਾ। ਇਹ ਆ ਕਹਿੰਦੇ ਭਰਸਲੇ ਵਾਲਾ ਮੇਰੇ ਮਿੱਤਰੋ ਗੋਲੂ ਔਰ ਕਹਿੰਦੇ ਦਲੇ ਪਾਸੇ ਸਲਾਣੇ ਵਾਲੇ ਕਰਨ ਹਰਾਂ ਨੇ ਗੱਡੀ ਮਾਨ ਸਨਮਾਨ ਦੇ ਵਿੱਚ ਦਿੱਤੀ ਇਸ ਮੁੰਡੇ ਨੂੰ ਜਿਹੜਾ ਕਹਿੰਦੇ ਸਟ੍ਰੈਕ ਕਰਦਾ ਹੋਇਆ। ਇਹ ਆ ਭਰਸਲੇ ਵਾਲਾ ਔਰ ਗੋਲੂ ਮੇਰੇ ਮਿੱਤਰੋ ਜ਼ਿਲ੍ਹੇ ਲੁਧਿਆਣੇ ਦੀ ਕਹਿੰਦੇ ਗੱਲ ਚੱਲਦੀ ਹੈ। ਆਹ ਸਾਹਮਣੇ ਬੱਲੇ ਬੱਲੇ ਹੁੰਦੀ ਆ ਪ੍ਰਿੰਸ ਵੇਗ ਸਾਹਮਣੇ ਲਾਓ ਸਾਹਮਣੇ ਦੇਖਾਂਗੇ ਗੋਲੂ ਹੈ ਕਹਿੰਦੇ ਭਰਸਲੇ ਵਾਲਾ ਕਹਿੰਦੇ ਮੁੰਡਾ ਹੈ। ਵੱਡੀਆਂ ਵੱਡੀਆਂ ਖੇਡ ਕਲੱਬਾਂ ਦੀ ਕਹਿੰਦੇ ਮੰਗ ਬਣਦਾ ਖਿਡਾਰੇ ਜਿਹਨੇ ਪਹਿਲੀ ਵਾਰ ਦੇ ਕਹਿੰਦੇ 6 ਸਕੋਰ ਜਿਹੜੇ ਉਹ ਕਹਿੰਦੇ ਜੋੜ ਦਿੱਤੇ ਨੇ ਖੇਡ ਮੈਦਾਨ ਦੇ ਵਿੱਚ। ਬੱਬੀ ਵਾਲ ਪਾਉਣ ਲਈ ਕਹਿੰਦੇ ਫੇਰ ਮੁੰਡਾ 5 ਗਾਈ ਕੋਲ ਵਾਲਾ ਲਾਓ ਸਾਹਮਣੇ ਕਹਿੰਦੇ ਵਾਧਾ ਖੇਡ ਮੈਦਾਨ ਦੇ ਵਿੱਚ ਵੀ ਮੂਰਖਾਂ ਦਾ ਕੰਮ ਹੁੰਦਾ। ਆਹ ਗੱਲ ਕਿਸੇ ਨਹੀਂ ਨੇ ਮੰਨਣੇ ਸਿਆਣੇ ਬੰਦੇ ਪਹਿਲਾਂ ਗੱਲ ਸੋਚ ਤੇ ਵਿਚਾਰ ਦੇ ਤੇ ਮੂਰਖਾਂ ਦਾ ਕੰਮ ਹੁੰਦਾ ਗੱਲ ਗੱਲ ਉੱਤੇ ਹੱਸਣਾ। ਤੇ ਮਰਦ ਗੁਲਾਮ ਕਦੇ ਬਣਦੇ ਨਹੀਂ ਨਾਰਦੇ ਹੱਥੀ ਲਈ ਅੱਗ ਕਦੇ ਬੁਝਦੀ ਨਹੀਂ ਸੁੱਖੀ ਲੋਪੋ ਬਣ ਕੇ ਭਾਂਬੜ ਪੈਂਦੀ ਮੱਚ ਲੋਪੋ ਵਾਲਿਆ। ਆਹ ਮਿਹਨਤ ਨਹੀਂ ਗੁਜੀ ਰਹਿੰਦੀ ਬੋਲਦੀ ਗਰਾਉਂਡਾਂ ਵਿੱਚ ਕਦੇ ਨਾ ਲੁਕਾਇਆ ਲੁਕੇ ਸੱਚ ਲੋਪੋ ਵਾਲਿਆ। ਵਾਕਈ ਸੱਚ ਕਦੇ ਲੁਕਾਇਆ ਨਹੀਂ ਲੁਕਦਾ। ਇਧਰਲੇ ਬੰਨੇ ਕਹਿੰਦੇ ਖਿਡਾਰੀ ਫੇਰ ਤਿਆਰ ਆ। ਬਾਲ ਪੈਂਦੀ ਮੇਰੇ ਮਿੱਤਰੋ ਭਰਥਲੇ ਵਾਲਾ ਕਰਦਾ ਹੋਇਆ ਟਰਾਈ ਵਰਗੇ ਉਹਦੇ ਪਾਸੇ ਮੈਦਾਨ ਦੇ ਵਿੱਚ। ਇਹ ਆ ਨੌਜਵਾਨ ਕਹਿੰਦੇ ਬੱਬੀ ਮੇਰੇ ਮਿੱਤਰੋ ਜਿਹੜਾ ਬਾਲਾਂ ਪਾ ਰਿਹਾ ਔਰ ਮੁੰਡੇ ਦੇ ਕਹਿੰਦੇ ਚਰਤੇ ਸੁਣੀ ਰਿਹਾ ਗੱਲ ਲੱਗੀ ਪਈ ਆ ਟਿਕਾਣੇ। ਆਹ ਸਾਹਮਣੇ ਕਹਿੰਦੇ ਖਿਡਾਰੀ ਫੇਰ ਤਿਆਰ ਆ।
ਵੀ ਮਿਹਨਤਾਂ ਦੇ ਨਾਲ ਜੋ ਸਟਾਰ ਬਣਦੇ ਤੇ ਬਹੁਤਿਆਂ ਦੇ ਦਿਲਾਂ ਉੱਤੇ ਰਾਜ ਕਰਦੇ ਅਸੀਂ ਕਿੰਨੇ ਪਾਣੀ ਵਿੱਚ ਸਾਨੂੰ ਜਾਣ ਦਾ ਜਹਾਨ ਕੱਲੇ ਗੋਲ ਗੱਪੇ ਖਾ ਕੇ ਜਿੱਤੇ ਜਾਂਦੇ ਨੀ ਮੈਦਾਨ ਕੱਲੇ ਗੋਲ ਗੱਪੇ ਖਾ ਕੇ ਜਿੱਤੇ ਜਾਂਦੇ ਨੀ ਮੈਦਾਨ ਰਾਕੇ ਕਹਿੰਦੇ ਗਰਾਊਂਡ ਨੂੰ ਸਮਾਂ ਦੇਣਾ ਪੈਂਦਾ ਮਿਹਨਤ ਕਰਨੀ ਪੈਂਦੀ ਹੈ ਤੇ ਫੇਰ ਕਹਿੰਦੇ ਚਰਚੇ ਹੁੰਦੇ ਆ ਆਹ ਭਰਫਲੇ ਵਾਲਾ ਭਰਫਲੇ ਵਾਲਾ ਹੈ ਕਹਿੰਦੇ ਗੋਲ ਹੋਏ ਜਿਹੜੇ ਚਾਰ ਸਕੋਰ ਦੇ ਕਹਿੰਦੇ ਵਧੇ ਜਿਹੜੇ ਖੇਡ ਮੈਦਾਨ ਦੇ ਵਿੱਚ ਕਹਿੰਦੇ ਜ਼ੋਰ ਦਿੱਤੇ ਨੇ ਜਿਹੜੇ ਚਾਰ ਸਕੋਰ ਦੇ ਕਹਿੰਦੇ ਵਧੇ ਆਪਣੀ ਟੀਮ ਦੇ ਲਈ ਕਹਿੰਦੇ ਕਰ ਦਿੱਤੇ ਹੈ ਲਈ ਪੰਜ ਗਾਈਆਂ ਦਾ ਤਕੜੇ ਹੋਣਾ ਪੈਣਾ ਹੈ ਵੀ ਦੁਸ਼ਮਣ ਨਾਲ ਪੰਗਾ ਲਈਏ ਤੇ ਮੁਰਕੇ ਨਾਲ ਫਿਰ ਢਿੱਲੇ ਪਈਏ ਰੱਕ ਵਿੱਚ ਦਮ ਕਰਕੇ ਰਹੀਏ ਐਵੇਂ ਕੋਈ ਨਿਉਂਦਾ ਨੀ ਇੱਕ ਵਾਰੀ ਟੱਪਿਆ ਵੇਲਾ ਮੁੜ ਕੇ ਹੱਥ ਆਉਂਦਾ ਨੀ ਬਾਕੀ ਇੱਕ ਵਾਰੀ ਲੰਘਿਆ ਵੇਲਾ ਹਾਂ ਮੁੜ ਕੇ ਹੱਥ ਆਉਂਦਾ ਨੀ ਲੈ ਵੀ ਤਗੜਾ ਜਾ ਇਧਰਲੇ ਪਾਸੇ ਕਹਿੰਦੇ ਬਾਲ ਕਰ ਲਈ ਕਹਿੰਦੇ ਬੱਬੀ ਤਿਆਰ ਆ ਸਾਹਮਣੇ ਭਰਸਲੇ ਵਾਲਾ ਉਹ ਭਰਸਲੇ ਵਾਲਾ ਕਹਿੰਦੇ ਖੇਡ ਮੈਦਾਨ ਦੇ ਖਿਡਾਰੀ ਕਹਿੰਦੇ ਤਿਆਰ ਪਰ ਤਿਆਰ ਆ ਇਧਰਲੇ ਬੰਨੇ ਲੱਗਦਾ ਹੋਇਆ ਜੋਰ ਉਹ ਬੱਲੇ 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 ਵਾਹ ਨਹੀਂ ਉਹ ਰੀਸਾਂ ਕਹਿੰਦੇ ਕੀਤੀ ਆ ਟਰਾਈ ਮੁੰਡੇ ਨੇ ਇੱਕ ਸਕੋਰ ਦੇ ਵਾਧੇ ਕਹਿੰਦੇ ਕਰ ਦਿੱਤੇ ਆ ਬੱਲੇ ਬੱਲੇ ਕਹਿੰਦੇ ਹੋਈ ਜਾਂਦੀ ਆ ਆ ਉਸ ਸਾਹਮਣੇ ਕਹਿੰਦੇ ਕਮਾਲ ਵੱਖਰਾ ਵੀ ਚੜ੍ਹਦੇ ਨੂੰ ਵੇਖ ਕਦੇ ਮਾਰੀ ਦੇ ਨੀ ਛਿੱਟੇ ਐਸੇ ਫੇਮ ਦਾ ਕੀ ਫਾਇਦਾ ਪੈ ਜੇ ਥੁੱਕ ਕੇ ਜੇ ਚੱਟਣਾ ਆਹ ਗੱਲ ਸੁਣ ਮੱਖਣਾ ਜੇਰਾ ਪੈਂਦਾ ਰੱਖਣਾ ਹੋਵੇ ਜੇ ਮੁਕੱਦਰਾਂ ਦਾ ਟਾਈਮ ਚੱਕਣਾ ਵਾਕਈ ਕਹਿੰਦੇ ਭੈਣੀ ਵਾਲੇ ਖਾਨ ਦੇ ਕਹਿੰਦੇ ਚੜ੍ਹਦੇ ਹੈ ਦੋ ਰਨ ਤੋਂ ਬਾਅਦ 16 ਬਣ ਗਏ ਜੀ 16 ਮਈ ਜੀ ਜਿਹੜੇ 16 ਸਕੋਰ ਕਹਿੰਦੇ ਬਣ ਗਏ ਨੇ ਖੇਡ ਮੈਦਾਨ ਦੇ ਵਿੱਚ ਵਾਕਈ ਕਹਿੰਦੇ ਭੈਣੀ ਵਾਲੇ ਖਾਨ ਦੇ ਕਹਿੰਦੇ ਲਿਖੇ ਗੀਤਾਂ ਦੇ ਆਹ ਕਹਿੰਦੇ ਵੱਡੇ ਚਰਚੇ ਹੁੰਦੇ ਤੇਜੀ ਦਾ ਯਾਰ ਆਹ ਕਹਿੰਦੇ ਗੱਲਾਂ ਕਰਨਾ ਵੀ ਆਦਤਾਂ ਚ ਪੈਂਦਾ ਹੈ ਸੁਧਾਰ ਕਰਨਾ ਹੈ ਕੱਲੀ ਮਿਲੇ ਨਾ ਮੰਜ਼ਿਲ ਆਹ ਘਰ ਬਾਰ ਛੱਡ ਕੇ ਆਦਤਾਂ ਚ ਪੈਂਦਾ ਹੈ ਸੁਧਾਰ ਕਰਨਾ ਹੈ ਲਓ ਸਾਹਮਣੇ 16 ਨੇ ਤੀਜੇ ਓਵਰ ਦੀ ਸ਼ੁਰੂਆਤ ਜਿਹੜੀ ਖੇਡ ਮੈਦਾਨ ਦੇ ਵਿੱਚ ਕਹਿੰਦੇ ਹੋਣ ਜਾ ਰਹੀ ਹੈ ਆ ਗਿਆ ਕਹਿੰਦੇ ਕਾਂਤੀ ਆਹ ਪੰਜ ਗਰਾਈ ਕਲਾ ਵਾਲਾ ਮੁੰਡਾ ਸਰਾਂ ਪਰਿਵਾਰ ਦਾ ਹੈ ਜਿਹਨੇ ਅਗਲਾ ਓਵਰ ਪਾਉਣਾ ਆਪਣੀ ਕਹਿੰਦੇ ਟੀਮ ਦੇ ਲਈ ਪਹਿਲੇ ਟੇਬਲ ਦਾ ਕਹਿੰਦੇ ਟਾਪ ਦਾ ਕਹਿੰਦੇ ਖਿਡਾਰੀ ਹੈ ਤੇ ਭਰਥਲੇ ਵਾਲੇ ਕਹਿੰਦੇ ਮੁੰਡੇ ਦਾ ਆਹ ਸਿੱਕਾ ਚੱਲਦਾ ਨਾ ਖੇਡ ਮੈਦਾਨਾਂ ਦੇ ਵਿੱਚ ਬਾਲ ਪੈਂਦੀ ਹੈ ਕਹਿੰਦੇ ਕਾਂਤੀ ਦੀ ਉਧਰਲੇ ਪਾਸੇ ਖੇਡਿਆ ਸ਼ਾਰ ਦੇ ਸਾਹਮਣੇ ਜੱਟ ਦੀ ਕਲਿੱਪ ਵੀ ਨਿਊਜ਼ ਬਣ ਗਈ ਕਲਿੱਪ ਹਾਂ ਜੱਟ ਮੂਹਰੇ ਆ ਗਿਆ ਹਾਂ ਨਹੀਂ ਉਹ ਰੀਸਾ ਕਹਿੰਦੇ ਕੰਤੀ ਬੋਲਾ ਬੋਲਾ ਕਹਿੰਦੇ ਆ ਲੋਕੀ ਐਵੇਂ ਦੀ ਮਾਣ ਕਰਦੇ ਗਗਨ ਹਰੀ ਹਰ ਦਲੇ ਪਾਸੇ ਗੱਲ ਆਉਣ ਗਿਆ ਪਿੰਡੂ ਭਰਾ ਸਾਡਾ ਸਾਈਪ੍ਰੈਸ ਰਾਜੇ ਬਰਾੜ ਦੇ ਵੱਲੋਂ ਅੱਜ ਮਾਨ ਸਨਮਾਨ ਕੰਤੀ ਦੇ ਕਹਿੰਦੇ ਮੇਰੇ ਮਿੱਤਰੋ ਕਾਲੇ ਔਲਖਰਾ 6-6 ਫੁੱਟੇ ਕੱਪਾਂ ਦਾ ਕੀਤਾ ਜਾਣਾ ਵਾਕਈ ਕਹਿੰਦੇ ਵੱਡੀ ਮੁਬਾਰਕ ਵਾਲਾ ਕਹਿੰਦੇ ਭਰਾਵਾਂ ਸਾਡੇ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਭਰਾ ਵੱਡੇ ਮਾਣ ਦੇ ਪਿਆਰ ਕਹਿੰਦੇ ਦਿੰਦੇ ਨੇ ਖਿਡਾਰੀਆਂ ਨੂੰ ਆਹ ਕੰਤੀ ਕਹਿੰਦੇ ਬੋਲਾ ਪੰਜ ਗਰਾਈਆਂ ਵਾਲਾ ਪੈਂਦੀ ਬਾਲ ਜਿਹੜੀ ਖੇਡ ਮੈਦਾਨ ਦੇ ਵਿੱਚ ਆਪਾਂ ਦੇਖਾਂਗੇ ਹੈਪੀ ਹੈ ਮੁੰਡਾ ਘੋਲੀਏ ਵਾਲਾ ਖੇਡ ਮੈਦਾਨ ਦੇ ਵਿੱਚ ਜਿਹੜਾ ਕਹਿੰਦੇ ਸਟ੍ਰਾਈਕ ਕਹਿੰਦੇ ਕਰ ਰਿਹਾ ਹੈ ਬਾਲ ਪੈਂਦੀ ਹੈ ਕੰਤੀ ਦੀ ਫੇਰ ਫਾਈਨਲ ਮੈਚ ਟੱਕਰ ਸਿਰੇ ਦੇ ਵੀ ਟੱਕਰ ਹੋ ਗਈ ਸ਼ੇਰਾਂ ਦੇ ਆਹ ਖੜਕੇ ਦੇਖੋ ਕੁੱਲ ਜਮਾਨਾ ਸਾਹਮਣੇ ਪਏ ਕੱਪ ਉਹਨਾਂ ਦੇ ਜਿੱਤਨੇ ਜਿੰਨਾ ਡੌਲਿਆ ਪੱਟਾਂ ਤੇ ਗੁੱਟਾਂ ਦੇ ਵਿੱਚ ਜਾਂਦਾ ਅੱਜ ਪਤਾ ਲੱਗਣਾ ਪੰਜ ਗਰਾਈ ਵਾਲਿਓ ਕਿੰਨਾ ਦੇ ਬੂਰੀਆਂ ਚੁੰਗੀਆਂ ਦੇ ਕਿੰਨਾ ਦੇ ਘਰਦਿਆਂ ਦੇ ਗੜੱਪ ਗੜੱਪ ਕਰਕੇ ਦੋਧੀ ਦੇ ਡਰਾਮਾ ਚ ਪਾਇਆ ਅੱਜ ਪਤਾ ਲੱਗਣਾ ਮੇਰੇ ਮਿੱਤਰੋ ਕਹਿੰਦੇ ਫੇਰ ਖਿਡਾਰੀ ਤਿਆਰ ਸਿੱਖ ਆਇਆ ਤੇਰੇ ਪਾਪਾ ਜੀ ਬੈਠੇ ਆ ਉਹ ਬੱਲੇ 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 ਜੋ ਤਾਂ ਕਹਿੰਦੇ ਸਿੱਖੇ ਗੱਲਾਂ ਵਾਲਾ ਆਹੋ ਸਾਹਮਣੇ ਗੱਲ ਲਾ ਗਿਆ ਟਿਕਾਉਣੇ ਧਰਮਾਂ ਕੀ ਕਹਿੰਦੇ ਦੀ ਪਹਿਲਾਂ ਸੁਣ ਲੈ ਵਾਕਈ ਕਹਿੰਦੇ ਪਲੈਣਾ ਵਾਲਾ ਕਹਿੰਦੇ ਅੰਮ੍ਰਿਤ ਲਾਈ ਜਿਹੜਾ ਆਇਆ ਕਹਿੰਦਾ ਆਹੋ ਕਹਿੰਦੇ ਪਲੈਣਾ ਵਾਲਾ ਅੰਮ੍ਰਿਤ ਕਹਿੰਦੇ ਲਾਈ ਜਿਹੜਾ ਹੋਇਆ ਪਲੇਰਾਂ ਵਾਲਾ ਕਹਿੰਦਾ ਬੜਾ ਪਿਆਰ ਕਹਿੰਦਾ ਵੱਡੇ ਮਾਣ ਕਰਦੇ ਪਲੈਣਾ ਵਾਲੇ ਅੰਮ੍ਰਿਤ ਨੇ ਬਾਲ ਪੈਂਦੀ ਹੈ ਫੇਰ ਆਹ ਕਾਂਤੀ ਬੋਲਾ ਤੇ ਬੱਲੇ 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 ਕਹਿੰਦੇ ਕੀਤੀ ਆ ਟਰਾਈ ਮੇਰੇ ਮਿੱਤਰੋ ਸਿੱਖ ਯਾਰੇ ਰੇ ਲਈ 3 ਰਨ ਦੇ ਬਾਅਦ ਕਿੰਨੇ ਸਕੋਰ ਬਣੇ ਆ 27 ਆ ਨਾ ਜੀ ਜਿਹੜੇ 27 ਬਣ ਗਏ ਅਗਲੇ ਪਾਸੇ ਗੱਲਾਂ ਹੋਣਗੀਆਂ ਵਾਕਈ ਕਹਿੰਦੇ 3 ਰਨ ਦੀ ਸੁਨਾਦੀ ਦੇ 27 ਬਣ ਗਏ ਜੋ ਤਾਂ ਕਹਿੰਦੇ ਸਿੱਖੇ ਕੋਲਾ ਵਾਲਾ ਹੈ ਬਾਪੂ ਜੀ ਵੀ ਕਹਿੰਦੇ ਬੈਠੇ ਹੋਏ ਆ ਤੇ ਕਹਿੰਦੇ ਬੜਾ ਪਿਆਰ ਆ ਕਹਿੰਦੇ ਵੀਰਾਂ ਦਾ ਹੈ ਚੌਥੇ ਓਵਰ ਦੀ ਸ਼ੁਰੂਆਤ ਆ ਕੋਟ ਸੁਖੀ ਵਾਲੇ ਆ ਆਹ ਮੁੰਡਾ ਬਾਲ ਪਾਉਣ ਦੇ ਲਈ ਦੇਖ ਕਿਹੜਾ ਖਿਡਾਰੀ ਆ ਗਿਆ ਗਰਾਊਂਡ ਦੇ ਵਿੱਚ ਲਾਓ ਸਾਹਮਣੇ ਕਹਿੰਦੇ ਧੜੀ ਆ ਗਿਆ ਮੇਰੇ ਮਿੱਤਰੋ ਜਿਹੜੇ ਖਿਡਾਰੀ ਨੇ ਕਹਿੰਦੇ ਬਾਲਾਂ ਕਰ ਰਹੀਆਂ ਨੇ ਹਰ ਉਧਰਲੇ ਪਾਸੇ ਕਹਿੰਦੇ ਪੰਜਾਬੀ ਵਿਰਸਾ ਨਿਊਜ਼ ਚੈਨਲ ਵਾਲੇ ਭਰਾ ਸਾਡੇ ਜਗਸੀਰ ਆ ਕੋਟ ਸੁਖੀ ਵਾਲਾ ਉਹ ਵੀ ਸਪੈਸ਼ਲ ਪੁੱਜਿਆ ਧੰਨਵਾਦ ਕਰਾਂਗੇ ਆਪਾਂ ਨਾਲ ਔਰ ਭਰਾ ਸਾਡਾ ਦਲੇ ਪਾਸੇ ਕਹਿੰਦੇ ਕਾਲੀ ਆਇਆ ਹੋਇਆ ਹੈ ਬਹੁਤ ਬਹੁਤ ਧੰਨਵਾਦ ਕਹਿੰਦੇ ਵੀਰਾਂ ਦਾ ਲਓ ਦਲੇ ਪਾਸੇ ਕਹਿੰਦੇ ਮਾਣ ਦੀਆਂ ਗੱਲਾਂ ਦੇ ਆਹ ਨਵਜਨ ਖਿਡਾਰੀ ਦਲੇ ਪਾਸੇ ਕਹਿੰਦੇ ਇਹ ਆ ਧਨੀ ਮੇਰੇ ਮਿੱਤਰੋ ਪੰਜ ਗਰਾਈ ਵਾਲਾ ਜਿਹਦੇ ਚਰਤੇ ਆ ਸਾਉਣ ਵਾਲੇ ਦਾ ਦਿਲੋਂ ਧੰਨਵਾਦ ਕਰਾਂਗੇ ਆਪਾਂ
ਵਾਜਾਂ ਲਾਗੇ ਲਾਗੇ ਦੇ ਪਿੰਡਾਂ 'ਚ ਜਾਂਦੀਆਂ ਨੇ। ਇਧਰਲੇ ਬੰਨੇ ਕਹਿੰਦੇ ਖਿਡਾਰੀ ਫੇਰ ਤਿਆਰ, ਉਹ ਬੱਲੇ 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 ਵਾੜੀ ਓਰੀਸਾ ਸਟੇਜ ਵਾਲੇ ਕਾਫੀ ਚਿਰ ਦੇ ਇਕੱਠੇ ਜੇ ਬੈਠੇ ਸੀ, ਉਹ ਕਹਿੰਦਾ ਉਹਨਾਂ ਨੂੰ ਪੁੱਛਾਂ ਹਾਲ ਚਾਲ, ਆਹ ਕਮਾਲ ਕਰ ਦਿੱਤੀ ਮੇਰੇ ਮਿੱਤਰੋ। ਆਹ ਸਾਹਮਣੇ ਕਹਿੰਦੇ ਸਿਰੇ ਦੇ ਖਿਡਾਰੀਆਂ ਦੀ ਟੱਕਰਾਂ, ਸ਼ਾਮਾਂ ਪੈਣ ਨੂੰ ਦੇ ਆਜਾ ਕਿਹਨੂੰ ਮਿਲਦੀਆਂ ਬਰਾਜਾਂ। ਆਹ ਮੈਚ ਫਾਈਨਲ ਖੇਡਣ ਲਈ ਟੀਮਾਂ ਦੋਵੇਂ ਕੰਨ ਚੜਾਈਆਂ, ਕਿਹੜੀ ਟੀਮਾਂ ਦੇ ਪਲੇਅਰ ਆਪਾਂ ਲਾਉਣੀ ਨਹੀਂ ਹੈ ਦੇਰ। ਆਹ ਜਿੱਤ ਵਾਲੇ ਝੰਡੇ ਦੇ ਗੱਡ ਮਿੱਤਰੋ, ਆਹ ਲੋਕੀ ਕੰਮ ਧੰਦਾ ਬੈਠੇ ਸਾਰਾ ਸਾਰਾ ਛੱਡ ਮਿੱਤਰੋ, ਲੋਕੀ ਕੰਮ ਧੰਦਾ ਬੈਠੇ ਸਾਰਾ ਛੱਡ ਮਿੱਤਰੋ। ਉਦਲੇ ਪਾਸੇ ਫੇਰ ਖੇਡਦੇ ਬਰਾਨ ਵਿੱਚ ਕਮਾਲ ਵੱਖਰਾ। ਆਹ ਉਹ ਕਹਿੰਦੇ ਧਰਮਾ ਸੰਧੂ ਜੀ ਸਾਡੇ, ਉਹ ਸਟੇਜ ਤੇ ਆ ਜਾਣ, ਸਟੇਜ ਤੇ ਆ ਜਾਣ ਧਰਮਾ ਸੰਧੂ ਜੀ। ਇਧਰਲੇ ਪਾਸੇ ਲੈ ਵੀ ਬਿਲਿਆ ਗੌਰ ਰੱਖੀ ਸਾਡੇ ਵਾਲੇ ਪੰਪ ਜਨਾ ਜੀ ਵੀਰ, ਔਰ ਇਧਰਲੇ ਪਾਸੇ ਇਸ ਤੇ ਬਾਂਦਰ ਲੰਡਾ ਵਹਿੰਦੇ ਕਰਾ ਦੇਣਾ। ਔਰ ਇਧਰਲੇ ਪਾਸੇ ਉਧਰਲੇ ਬੰਦੇ ਸਾਡੇ ਡੀ ਐਸ ਪੀ ਸਾਹਿਬ ਜੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਆ, ਬਹੁਤ ਬਹੁਤ ਧੰਨਵਾਦ ਕਰਾਂਗੇ ਇਸ ਇਲਾਕੇ ਦਾ ਮਾਣ। ਉਹ ਬੱਲੇ 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 ਘੋੜੀ ਵਾਲਾ ਸਾਹਮਣੇ ਕਹਿੰਦੇ ਕਮਾਲ, ਕਹਿੰਦੇ ਕਰੀ ਤੁਰੇ ਆਉਂਦਾ, ਕਹਿੰਦੇ ਕੌਫੀ ਵਾਲੀਆਂ ਸਟਾਲਾਂ ਦੇ ਵੱਲ ਆਉਂਦੀਆਂ। ਰੀਸਾ ਕਹਿੰਦਾ ਮਿੱਠਾ ਥੋੜਾ ਜਿਹਾ ਤੇਜ਼ ਕਰੋ। ਔਰ ਇਧਰਲੇ ਪਾਸੇ ਗੱਲਾਂ ਲੱਗਦੀਆਂ ਟਿਕਾਣੇ ਮੇਰੇ ਮਿੱਤਰ, ਉਧਰਲੇ ਪਾਸੇ ਚੋਟੀ ਦਾ ਮੁਕਾਬਲਾ ਸਾਡੇ ਡੀ ਐਸ ਪੀ ਸਾਹਿਬ ਜੀ ਵਿਸ਼ੇਸ਼ ਤੌਰ ਤੇ ਪੁੱਜੇ ਆ, ਮੈਂ ਧੰਨਵਾਦ ਕਰਾਂਗਾ। ਔਰ ਕਹਿੰਦੇ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ ਸਾਡੇ ਡੀ ਐਸ ਪੀ ਸਾਹਿਬ ਜੀ, ਇਕੱਲੀ ਇਕੱਲੀ ਰੂਹ ਦਾ ਦਿਲੋਂ ਧੰਨਵਾਦ ਮਾਨ ਇਸ ਇਲਾਕੇ ਦਾ। ਔਰ ਵੱਡੇ ਜਿਹੜੇ ਕਹਿੰਦੇ ਸਰਕਾਰ ਦੇ ਸ਼ਖੀਤਾਂ ਦਾ ਬਹੁਤ ਬਹੁਤ ਧੰਨਵਾਦ, ਕੋਈ ਗੱਲ ਨੀ, ਪ੍ਰਮਾਤਮਾ ਚੜ੍ਹਦੀ ਕਲਾ ਰੱਖੇ, ਜਿਉਂਦੇ ਵਸਦੇ ਰਹਿਣ। ਆਓ ਸਾਹਮਣੇ ਦਲੇ ਪਾਸੇ ਫੇਰ ਖਿਡਾਰੀ ਕਹਿੰਦੇ ਕੋਸ਼ਿਸ਼ ਕਰਦਾ ਹੋਇਆ, ਲਓ ਸਾਹਮਣੇ ਦੇਖਾਂਗੇ ਇੱਕ ਸਕੋਰ ਦੇ ਕਹਿੰਦੇ ਵਾਧੇ ਜਿਹੜੇ ਖੇਡ ਮੈਦਾਨ ਦੇ ਵਿੱਚ ਕਹਿੰਦੇ ਹੋ ਚੁੱਕੇ ਨੇ, ਬਾਲਾਂ ਪੈਂਦੀਆਂ ਨੇ ਧਣੀ ਦੀਆਂ। ਲਓ ਦੂਜੇ ਪਾਸੇ ਕਹਿੰਦੇ ਮੁੰਡਾ ਤਿਆਰ ਬਰ ਤਿਆਰ, ਜੋਤ ਤੇ ਘੋਲੀਏ ਵਾਲਾ ਕਹਿੰਦੇ ਹੈਪੀ ਹੈ ਖੇਡ ਮੈਦਾਨ ਦੇ ਵਿੱਚ, ਪੰਜ ਗਲਾਈ ਕਲੋਂ ਦਾ ਖੇਡ ਮੇਲਾ ਤੇ ਕਹਿੰਦੇ ਦੁਨੀਆ ਟਕੋ ਟੱਕੀ ਜਿਹੜੀ ਬੈਠੀ ਹੈ ਚਾਰ ਤੇ ਸਵੇਰੇ, ਆਹ ਠਾਠਾ ਮਾਰਦਾ ਕਹਿੰਦੇ ਇਕੱਠ ਹੈ ਪੈਂਦੀ ਬਾਹਰ ਜਿਹੜੀ ਕਹਿੰਦੇ ਫੇਰ ਆਹ ਜੋਤ 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 ਉਂਗਲ ਖੜੀ ਹੈ ਧਣੇ ਦੇ। ਆਹ ਲੋਕਾਂ ਦੀਆਂ ਤਾੜੀਆਂ ਤੋਂ ਪਤਾ ਲੱਗਦਾ ਹੈ ਲੋਕਾਂ ਦੇ ਮਨ ਨੂੰ ਲੱਗਿਆ ਹੈ ਦੁਨੀਆ ਪੁੱਜਦੀ ਉਹਦੇ ਨਾਲ, ਆਹ ਕੋਈ ਨਾਂ ਨਹੀਂ ਲੈਂਦਾ ਭੱਜਿਆਂ ਦਾ। ਰਾਕੇ ਹੀ ਕਹਿੰਦੇ ਪੁੱਛ ਲੈ ਕਿੰਨੇ ਬਣ ਗਏ ਚਾਰ ਹੋਰਾਂ ਤੋਂ ਬਾਅਦ, ਲੈ ਵੀ ਆਸ਼ੂ ਕਿੰਨੇ ਹੋ ਗਏ ਵੀਰੇ। ਔਰ ਉਧਰਲੇ ਪਾਸੇ ਕਹਿੰਦੇ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਸਰਕਾਰ ਵਿੱਚ ਸਾਡੇ ਦਰਮਿਆਨ ਆਏ ਨੇ, ਸਾਡੇ ਡੀ ਐਸ ਪੀ ਸਾਹਿਬ ਜੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਆ, ਬਹੁਤ ਧੰਨਵਾਦ ਕਰਾਂਗੇ ਇਸ ਇਲਾਕੇ ਦਾ ਮਾਣ। ਜਿੰਨੀਆਂ ਵੀ ਕਹਿੰਦੇ ਸ਼ਖਸ਼ੀਤਾਂ ਸਟੇਜ ਤੇ ਬਿਰਾਜਮਾਨ ਨੇ ਸਾਰੀਆਂ ਸ਼ਖਸ਼ੀਤਾਂ ਦਾ ਬਹੁਤ ਬਹੁਤ ਧੰਨਵਾਦ। ਸਾਡੇ ਡੀ ਐਸ ਪੀ ਸਾਹਿਬ ਜੀ ਵਿਸ਼ੇਸ਼ ਤੌਰ ਤੇ ਆਏ ਹੋਏ ਨੇ, ਔਰ ਕੱਲੀ ਕੱਲੀ ਰੂਹ ਦਾ ਕਹਿੰਦੇ ਦਿਲੋਂ ਧੰਨਵਾਦ। ਉਧਰਲੇ ਪਾਸੇ ਸੰਤ ਬਾਬਾ ਸੁੰਦਰ ਰਾਜ ਜੀ ਸਾਡੇ ਨਿੱਕੀ ਪੰਜ ਗਰਾਈ ਵਾਲੇ ਗਊਸ਼ਾਲਾ ਵਾਲੇ ਵਿਸ਼ੇਸ਼ ਤੌਰ ਤੇ ਪੁੱਜੇ ਆ, ਵੱਡੇ ਜਿਹੜੇ ਯੋਗਦਾਨ ਨੇ ਅੱਜ ਦੇ ਮੇਲੇ ਦੇ ਲਈ ਮਹਾਂਪੁਰਸ਼ਾਂ ਦੇ, ਸੰਤ ਬਾਬਾ ਸੁੰਦਰ ਦਾਸ ਜੀ ਗਊਸ਼ਾਲਾ ਵਾਲੇ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਆ, ਧੰਨਵਾਦ ਉਹਨਾਂ ਦੇ ਨਾਲ। ਬਿੰਨੀ ਬਰਾੜ ਸਾਹਿਬ ਨਾਲ ਕਹਿੰਦੇ ਰਾਜੂ ਥਾਪਰ ਜੀ ਸੰਤ ਮੋਹਦਾ ਸਕੂਲ ਕੋਟ ਸੁਖੀਆ ਹੈ, ਇਸ ਇਲਾਕੇ ਦਾ ਮੇਰੇ ਮਿੱਤਰੋ ਵਰਲਡ ਦੇ ਵਿੱਚ ਵੱਡੀ ਤਰੱਕੀ ਕਰਨ ਵਾਲਾ ਸਕੂਲ ਹੈ। ਔਰ ਬਾਈ ਰਾਜੂ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ ਹੈ, ਉਹਨਾਂ ਦੇ ਨਾਲ ਜਥੇਦਾਰ ਬਲਦੇਵ ਸਿੰਘ ਜੀ, ਨਾਲ ਬਿਰਛਾ ਸਰਪੰਚ ਸਾਹਿਬ, ਰਾਮਾ ਸਰਪੰਚ ਸਾਹਿਬ ਜੀ ਨਾਲ, ਮੈਂਬਰ ਸਾਹਿਬਾਨ, ਬੱਗੀ ਭਰਾ ਸਾਡਾ, ਸਾਰੇ ਸਰਕਾਰ ਚਿਹਰਿਆਂ ਦਾ ਧੰਨਵਾਦ। ਇਧਰਲੇ ਬੰਨੇ ਭੁੱਟੋ ਦੀਆਂ ਬਾਲਾਂ, ਉਧਰਲੇ ਪਾਸੇ ਸਰਬਜੀਤ ਸਿੰਘ ਜੀ ਸਾਡੇ ਬਰਾੜ ਡੀ ਐਸ ਪੀ ਸਾਹਿਬ ਫਰੀਦਕੋਟ ਵਿਸ਼ੇਸ਼ ਤੌਰ ਤੇ ਪੁੱਜਿਆ, ਬਹੁਤ ਬਹੁਤ ਧੰਨਵਾਦ ਕਰਾਂਗੇ ਆਪਾਂ। ਲੈ ਵੀ ਕਿੰਨੇ ਸਕੋਰ ਸੀ ਚਾਰ ਓਵਰ ਬਾਅਦ ਆਸ਼ੂ ਜੀ? 40 ਹੈਲੋ 46 ਠੀਕ ਹੈ ਜੀ, ਚਾਰ ਓਵਰ 46 ਸੀ ਤੇ ਆਹ ਅੱਗੇ ਹੋ ਜੋੜੀ ਜਾਣੇ ਆ। ਵਾਕਈ ਕਹਿੰਦੇ ਪਾਸੇ ਕਹਿੰਦੇ ਲਾਸਟ ਓਵਰ ਦੀਆਂ ਕਹਿੰਦੇ ਬਾਲਾਂ ਪੈਂਦੀਆਂ ਨੇ, ਉਧਰ ਜਗਮੀਤ ਭਰਾ ਸਾਡਾ ਸ਼ੇਰ ਸਿੰਘ ਵਾਲੇ ਪਿੰਡ ਤੋਂ, ਉਹ ਵੀ ਭਰਾ ਸਾਡਾ ਕਹਿੰਦੇ ਵਿਸ਼ੇਸ਼ ਤੌਰ ਤੇ ਕਹਿੰਦੇ ਪੁੱਜੇ ਆਇਆ ਹੈ, ਬਾਲਾਂ ਪੈਂਦੀਆਂ ਨੇ ਲਾਸਟ ਓਵਰ ਦੀਆਂ। ਆਹ ਦੂਜੇ ਪਾਸੇ ਖੱਬਾ ਕਹਿੰਦੇ ਤਿਆਰ ਓਵਰ ਤਿਆਰ ਹੈ ਖੇਡ ਮੈਦਾਨ ਦੇ ਵਿੱਚ, ਪੈਂਦੀ ਬਾਲ ਜਿਹੜੀ ਫੇਰ ਆਹ ਸਾਹਮਣੇ ਟਰਾਈ ਵੱਡੀ ਹੈ, ਪਰ ਦੇਖਾਂਗੇ ਫੈਸਲੇ ਜਿਹੜੇ ਅੰਪਾਇਰਾਂ ਨੇ ਕਰਨੇ ਆ ਖੇਡ ਮੈਦਾਨ ਦੇ ਵਿੱਚ। ਤਾਰੀ ਕਹਿੰਦਾ ਵੀ ਬਾਲ ਵਾ ਜਿਹੜਾ ਪਲੱਸ ਇੱਕ ਸਕੋਰ, ਜਿਹੜਾ ਐਕਸਟਰਾ ਦਾ ਹੋਰ ਜਿਹੜੇ ਦੋ ਆ ਗਏ ਨੇ, ਜਿਹੜੇ ਬਿਨਾਂ ਕਿਸੇ ਬਾਲ ਦੇ ਜਿਹੜੇ ਦੋ ਸਕੋਰ ਜਿਹੜੇ ਕਹਿੰਦੇ ਜੁੜ ਗਏ ਨੇ। ਬਾਲ ਪਾਉਣ ਦੇ ਲਈ ਪੰਜ ਗਰਾਈਆਂ ਵਾਲਾ ਕਹਿੰਦੇ ਫੇਰ ਲਓ ਸਾਹਮਣੇ ਦੇਖੇਗੇ ਤਿਆਰ ਵਰ ਤਿਆਰ ਆ ਮੁੰਡਾ ਖੇਡ ਮੈਦਾਨ ਦੇ ਵਿੱਚ, ਵੀ ਗਿਦੜੀ ਜਨਮ ਦਿੰਦੀ ਸਦਾ ਗਿਦੜਾਂ ਨੂੰ। ਹਾਂ ਸ਼ੇਰ ਨਹੀਂ ਕਰ ਸਕਦੀ ਪੁੱਤਰ ਇੱਕ ਸ਼ੇਰ ਪੈਦਾ, ਜਿਹੜੀ ਧਰਤੀ ਦੇ ਵਿੱਚ ਗਿੱਲ ਹੋਵੇ
फसल होंगी उत्थे ढेर पैदा चन्न पुन्या का रात नो दिन चढ़े मस्या कर दी सदा सनेर पैदा है इन्हों मापिया ने की होंगी तपस्या पुत उन्होंने घर होंगे पलेर पैदा उदले पासे और कहते भरा साडा कहते अवतार कहते बराड कहते नथे वाली भी जरा मेले ना जुड़िया धनवर इन्हना भीर बड़ा प्यार है वाकई उदले पासे कहते बहुत बहुत धनवाद करा करमजीत सिंह जी साढ़े बराड डी एस पी साहब कहते फरीदकोट वो विशेष तौर पर कहते पुजे ने अजे मेले दिल और बाई कहते विक्की की याद में मेला और दुनिया के बड़े बड़े खिलाड़ी आए ने ते प्रबंधक कहते भी सानू बिना कहण तो योगदान भेजे है क्योंकि बाई विक्की की याद में मेला एक ताड़ी मारो यार जे प्रबंधक ने प्रबंध वधिया लगे ते अजे मेले के उपर और वाहिगुरु सच्चे पातशाह चढ़दी कला रखे ना वीरां नू बहुत बहुत धन्यवाद करांगे सारे सरकार दे वीरां दा भाई विक्की सरपंच दी याद च मेला देखा वीर माइक ते गल करदा होया लाओ सामने वाले पासे कहिंदे 43 नंबर दी केटा मुंडा बालपुर दे लई कहिंदे फेर जिहड़ा कहिंदे तैयार बर तैयार है उधर कहिंदे हैप्पी वासी कहिंदे कनेडा च बैठा भरा साडा है आओ प्लेन वाला कहिंदा वी धर्मे नूं आईफोन 14 लेना आपां आओ बड़े माण दे सन्मान होणगे पर उहदे पासे देखांगे पंज ग्राई वाले मुंडे बालां टॉप दी कहिंदे करे खेड मैदान दे विच है आओ मैच कहिंदे सिरे दा है कुछ बालां बाकी ने पहली इनिंग दीआं जिहड़ी खेड मैदान दे विच आपां देखांगे ते नाल ही कहिंदे फील्डिंग दे लई तैयारी खिच लवे टीम जिहड़ी सिख कला पिंड दे इह बेनती है वीरां नूं वी अपने 11 दे 11 खिलाड़ी जिहड़े ਉਹ ਪੂਰੇ ਕਰਕੇ ਟੀਮ ਬਾਉਂਡਰੀ ਲਾਈਨ ਦੇ ਨੇੜੇ ਆ ਜਾਵੇ ਲਓ ਸਾਹਮਣੇ ਮੁੰਡਾ ਪੰਜ ਗ੍ਰਾਈ ਕਲਾਉਣਾ ਪੈਂਦੀ ਵਾਰ ਫੇਰ ਆਓ ਸਾਹਮਣੇ ਦੇਖੇਗੇ ਪਰ ਬਾਲ ਵਾਈਡ ਹੋ ਗਈ ਹੈ ਇਹ ਕੈਸਟਾ ਸਕੋਰ ਦੇ ਕਹਿੰਦੇ ਵਧੇ ਜਿਹੜੇ ਖੇਡ ਮੈਦਾਨ ਦੇ ਵਿੱਚ ਕਹਿੰਦੇ ਹੋ ਚੁੱਕੇ ਨੇ ਆਈਆਂ ਹੋਈਆਂ ਸਰਕਾਰ ਦੇ ਵਿਸ਼ੇਸ਼ਤਾ ਦਾ ਬਹੁਤ ਵੱਡੇ ਪੱਧਰ ਤੇ ਧੰਨਵਾਦ ਕਰਾਂਗਾ ਮੈਂ ਜਿਨ੍ਹਾਂ ਦੇ ਵੱਡੇ ਪੱਧਰ ਤੇ ਯੋਗਦਾਨ ਨੇ ਇਹਨਾਂ ਖੇਡ ਮੇਲੇ ਦੇ ਲਈ ਵੱਡਾ ਪਿਆਰ ਭੇਜਿਆ ਸਾਡੇ ਸਰਕਾਰ ਦੇ ਵਿਚੇਰਿਆਂ ਨੇ ਪੈਂਦੀ ਵਾਲ ਵਾਕਈ ਓਰੀਸਾ ਮੇਰੇ ਮਿੱਤਰੋ ਕਹਿੰਦੇ ਕਮਾਲ ਵੱਖਰਾ ਹੈ ਆਓ ਚਰਤੇ ਕਹਿੰਦੇ ਹੁੰਦੇ ਨੇ ਇਧਰੇ ਬੰਦੇ ਵੱਡੀ ਰੌਣਕ ਲੱਗੀ ਹੈ ਆਓ ਕਹਿੰਦੇ ਪ੍ਰਬੰਧਕਾਂ ਦੇ ਵੱਡੇ ਮੇਲੇ ਦੀ ਵੱਡੀ ਗੱਲਬਾਤ ਆ ਵਾਕਈ ਸਹੀ ਗੱਲ ਹੈ ਉਹ ਕੋਈ ਇਲਾਕੇ ਭਰ ਦੇ ਵਿੱਚ ਬਾਂਹ ਖੜੀ ਕਰਕੇ ਨਹੀਂ ਕਹਿ ਸਕਦਾ ਵੀ ਮੈਂ ਵਿੱਕੀ ਦੀਆਂ ਰੀਸਾਂ ਕਰ ਲਓ ਕਿਉਂਕਿ ਬਾਈ ਨੇ ਜਿੰਨਾ ਚਿਰ ਵੀ ਜਿਹੜੀ ਹਿਜਰ ਖੱਟੀ ਆ ਨਾ ਤੇ ਕਹਿੰਦੇ ਇਲਾਕੇ ਭਰ ਦਾ ਮਾਨ ਪਹਿਲਾਂ ਖੱਟਿਆ ਇਹ ਕਿੱਡੀ ਵੱਡੀ ਗੱਲ ਹੁੰਦੀ ਹੈ ਤੇ ਬਾਈ ਨੂੰ ਅੱਜ ਕਹਿੰਦੇ ਭਰਾ ਸਾਡੇ ਯਾਰ ਕਰ ਰਹੇ ਤੇ ਪ੍ਰਬੰਧ ਕਹਿੰਦੇ ਬਾਈ ਸਾਡੇ ਦਿਲਾਂ ਦੇ ਵਿੱਚ ਸਦਾ ਹੀ ਜਿਉਂਦਾ ਰਹੇਗਾ ਔਰ ਕਹਿੰਦੇ ਜਿਉਂਦੇ ਵਸਦੇ ਰਹੇ ਨੇ ਭਰਾ ਸਾਡੇ ਜਿਹਨੇ ਮਿਹਨਤ ਕੀਤੀ ਕਿੰਨੇ ਦਾ ਟਾਰਗੇਟ ਆ ਤੇਜਪਾਲ ਪੁੱਛ ਕੇ ਦੱਸੀ ਮੈਨੂੰ ਆਸ਼ੂ ਜੀ 56 ਬਣੇ 57 ਦਾ ਟਾਰਗੇਟ ਠੀਕ ਹੈ ਜੀ ਜਿਹੜੇ 56 57 ਦਾ ਟਾਰਗੇਟ ਜਿਹੜਾ ਮੈਚ ਸ਼ੁਰੂ ਕਰਦੀ ਹੈ ਦੂਜੀ ਇਨਿੰਗ ਜਲਦੀ ਹੈ ਨਾਲ ਮੇਰੀ ਬੇਨਤੀ ਸਾਡੇ ਵੀਰਾਂ ਨੂੰ ਇੰਨੀ ਕੁ ਹਾਜ਼ਰੀ ਕਬੂਲ ਕਰੇ ਦੂਜੀ ਇਨਿੰਗ ਦੇ ਲਈ ਧਰਮਾ ਕਲੇਰ ਭਰਾ ਸਾਡਾ ਸਾਂਝ ਪਵੇਗਾ ਚੱਲਦੇ ਮੇਜ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਆਓ ਅਗਲੇ ਪਾਸੇ ਕਾਕਾ ਭਾਈ ਰੂਪਾ ਜੀ ਹੈਲੋ ਬਾਈ ਜੀ ਕਰੀਏ ਸ਼ੁਰੂ ਮੈਚ ਆਪਾਂ ਜਲਦੀ ਨਾਲ ਰਨ ਜਿਹੜੇ 56 ਬਣੇ ਤੇ ਟਾਰਗੇਟ ਹੈ ਕਿਹੜੇ 57 ਰਾਏ ਮੈਂ ਵੀ ਆ ਜਾਂਦੀ 57 ਦਾ ਟਾਰਗੇਟ ਹੈ ਮੇਰੇ ਵੀਰੋ ਖੇਡ ਗਰਾਊਂਡ ਦੇ ਵਿੱਚ ਮੁਕਾਬਲਾ ਸ਼ੁਰੂ ਹੋਣ ਲੱਗਿਆ ਦੋਨੇ ਟੀਮਾਂ ਦੇ ਦਰਮਿਆਨ ਬਹੁਤ ਬਹੁਤ ਧੰਨਵਾਦ ਕਰਾਂਗੇ ਸਾਡੇ ਡੀ ਐਸ ਪੀ ਸਾਹਿਬ ਜੀ ਵਿਸ਼ੇਸ਼ ਤੌਰ ਤੇ ਆਏ ਨੇ ਸਾਡੇ ਦਰਮਿਆਨ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਨਾਲ ਭਰਾ ਸਾਡਾ ਜਗਮੀਤ ਸ਼ੇਰ ਸਿੰਘ ਵਾਲੇ ਪਿੰਡ ਤੋਂ ਬਹੁਤ ਵੱਡੀਆਂ ਡਿਊਟੀਆਂ ਨੇ ਭਰਾ ਸਾਡੇ ਦੀਆਂ ਲਾਓ ਸਾਹਮਣੇ ਕਹਿੰਦੇ ਮੇਰੇ ਜਿਹੜਾ ਹੋਇਆ ਹੈ ਮੈਚ ਚੋਟੀ ਦਾ ਹੈ ਉਧਰਲੇ ਪਾਸੇ ਵਿੱਕੀ ਭਰਾ ਦੀ ਯਾਦ ਦੇ ਵਿੱਚ ਜਿਹੜਾ ਮੇਲਾ ਖੇਡੇ ਆ ਰਿਹਾ ਤੇ ਭਰਾ ਜਿਹੜੇ ਪਹੁੰਚੇ ਆਏ ਉਹ ਭਰਾ ਦੀ ਯਾਦ ਦੇ ਵਿੱਚ ਕਹਿੰਦੇ ਜਿੰਨੀ ਵੀ ਸੰਗਤ ਆਈ ਹੈ ਬਹੁਤ ਬੜਾ ਧੰਨਵਾਦ ਹੈ ਅੱਜ ਵੀ ਕਹਿੰਦੇ ਦੁਨੀਆ ਚੇਤੇ ਕਰ ਰਹੀ ਹੈ ਔਰ ਵੇਖਦਾ ਵੀ ਜਿਹੜੇ ਯਾਰ ਬੇਲੀ ਜਿਹੜੇ ਪਹੁੰਚੇ ਹੋਏ ਜਾਣਦੇ ਹੋਣਗੇ ਵੀ ਕਿੰਨੀ ਕੁ ਘਾਟ ਰੜਕਣੀ ਉਹ ਭਰਾ ਰਹੀ ਮੇਰੇ ਵੀਰੋ ਇਹਨਾਂ ਨੇ ਕਦੇ ਘਾਟਾ ਪੂਰੀਆਂ ਨਹੀਂ ਹੁੰਦੀਆਂ ਪਰ ਉਹਦੀ ਯਾਦ ਹਰ ਸਾਲ ਤਾਰਿਆ ਹੋਣਗੇ ਮੇਰੇ ਵੀਰੋ ਭਰਾ ਕਹਿੰਦੇ ਜਦੋਂ ਵੀ ਮੇਲਾ ਹੋਵੇਗਾ ਨਾ ਤੇ ਵਿੱਕੀ ਮੇਰੀ ਯਾਦ ਵਿੱਚ ਹੋਵੇਗਾ ਅੱਜ ਦਾ ਮੇਲਾ ਵੀ ਕਹਿੰਦੇ ਵੱਡੇ ਭਰਾ ਦੀ ਯਾਦ ਦੇ ਵਿੱਚ ਆਏ ਲਓ ਸਾਹਮਣੇ ਕਹਿੰਦੇ ਬਾਲ ਬੋਲੀ ਘਬਰੋ ਘੋੜੀਏ ਵਾਲਾ ਕਹਿੰਦੇ ਹੈਪੀ ਮੇਰੇ ਵੀਰੋ ਤਿਆਰ ਬਰ ਤਿਆਰ ਹੈ ਔਰ ਕਹਿੰਦੇ ਚਰਚੇ ਦੇ ਖਿਡਾਰੀਆਂ ਨੇ ਅੱਜ ਦੇ ਸਮੇਂ ਦਾ ਕਹਿੰਦੇ ਟਾਪਰਾ ਹੈ ਜਿਹੜਾ ਖਿਡਾਰੀ ਆਏ ਬਾਲ ਬੋਲੀ ਘਬਰੋ ਤਿਆਰ ਸਾਹਮਣੇ ਭਾਈ ਰੁਪਾ ਪਿੰਡਾਂ ਕਹਿੰਦੇ ਕਾਲੇ ਰਹਿ ਰਾਜਿਹੜੇ 56 ਰੇ ਤੇ 57 ਦਾ ਕਹਿੰਦੇ ਟਾਰਗੇਟ ਮੇਰੇ ਵੀਰੋ ਜਿਹੜਾ ਸੈੱਟ ਹੋਇਆ ਖੇਡ ਮੈਦਾਨ ਦੇ ਵਿੱਚ ਪਹਿਲੇ ਓਵਰ ਦੀ ਸ਼ੁਰੂਆਤ ਕਰਨ ਲਈ ਹੈਪੀ ਤਿਆਰ ਬਰ ਤਿਆਰ ਮੇਰੇ ਵੀਰੋ ਕਰੇ ਘੋੜੀਆ ਕਲਾ ਕਰੇ ਘੋੜੀਆ ਖੁਰਦ ਬੜੇ ਮਸ਼ਹੂਰ ਪਿੰਡ
और घोड़िए खुरद वाला कहते हैप्पी इस वेले लाई तैयार और तैयार है धरवे पहले ओवर की कहने शुरुआत हो लगी है मेरे वीरों खेड ग्राउंड कहते घोड़िए खुरद वाला हैप्पी है नोएं सतवंजा करने हैं काले का भाई रूपा पेंड है और पहली बार पई है मेरे वीरों खेड ग्राउंड के दो स्कोर देखना है भी वाधा नोएं ने कर दिता है अपनी कहने टीम मेरे मित्रों खेड ग्राउंड के नाल कहने कंती है पंज ग्राई की धरती का नयन ओल्ड इज गोल्ड कहने खिलाड़ी है और ना वड्डा कहने इन्हां खिलाड़ियों का सतवंजा करने है मुंडा सिखेगला दी कहने टीम दे लई खेड़दा है एंड कहने माण कीता मेरे वीर जोट वर्गे ने सतनाम वर्गे हैप्पी वर्गे जिहड़े वड्डी टीम लैके आए ने बार पोंदली घोड़िए वाला है हैप्पी तैयार है उधरले पासे कहने भाई रूपा पिंड काले रहा है अज खेड़ना कहने कंदी दी टीम लई वाह ए मुंडे वाह ए मुंडे आए रंगड़े चार जोड़ दिते काले ने और विघना मुंडा जले बठिंडे ने एंड विचों चल के आए मेरे वीरों रामपुरे फूलदा है एरिया पैंदा कदे सलावतपुरा है कदे दुल्ले वाला है कदे घंटा बंदा कदे ढमाली कदे बुरजगिल उस इलाके का कदे गभरू मेरे वीरो भाई रुपया कदे काला है रंगड़े चार जोड़ा होया है अज खेड़ना कदे पटवारी करानी टीम लई भुट्टो वर्गे धरी वर्गे हर कंटी वर्गे माण करते ने अब कुछ भी आप है कोट कमोरे वाला है ये दोले पासे घोड़िए वाले की बार ते सामने 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 कहने नयन ये काला भाई रुपए वाला उधर धर्मा संधु साडा वीर है और मोटा भरा साडा मैं बेनती करदा मंडीला वाले भरा नूं वी स्टेज उपर आ जाणगे खेड ग्राउंड दे मैन कहिंदे सिरे दा और कहिंदे टक्कर टकाने दी है नंबरदार भी आया है कहिंदे पंज ग्राई खुरद वाला बहुत बहुत धन्नवाद है लो देखना वी घोड़िए वाला कहिंदे नायण तैयार है ओ पंज ग्राई वाला कौन आ गया आओ कहिंदे कंती आओ कंती आ गया कंती आ गया है आओ सामने कहिंदे पिछले मेरा हीरो है पहली बार ओ बल्ले 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 आओ देख ले वी मुंडा शराब परिवार का कहने खिलाड़ी है मोटरसाइकिल देने आओ कहने नवाजा गया नयन कैफ मान कनेडा वाले ने कहने वड्डी एलईडी दे के मान सम्मान इस खिलाड़ी का किया कंती पंज ग्राई वाला और दूसरे पासे देखना है भी जिले बठिंडे वाला और नयन कहने मोटरसाइकिल ते कहने लैपटॉप दा ये तो तीन मोटरसाइकिल जीते है एक सलमान दे विच कहिंदे काले कहिंदी टीम ने दिता मुंडे नूं पर घोड़िए वाला है तजर्बा वड्डा खिडारी दोनों कहिंदे चोटी ने आंदो सामने आओ लगदा जोर पर फैसले फैसले प्यार नाल कोई नहीं मेरे अंबेर खड़े ना क्यों आए करिए कोई गल नहीं कोई गल नहीं आए क्यों करिए ने खड़े अंबेर वाइड है जी वाइड आए बाल जेड़ी वाइड हुई है पीला हुई ने उधर डिसीजन दे देता गया भी खड़ो यार भाई जी रावड़ा रा फड़ी किसी गल ना होने खड़िए अंपायर ने डिसीजन नहीं देता गल ही मुकदी होगी खड़ो मेरे वीर जल्दी यार लै भी आ घोलीए वाले हैप्पी है नयन कहिंदे घोलीए खुरद पिंड वाला मंगे भाई दा कहिंदे पेंडू है और वड्डा प्रमोटर है साडी कहिंदे खेड क्रिकेट दा इह कहिंदे नयन गोगी भुल्लर दे पिंडों आया है घोड़ी वाला हैप्पी वाला कर रहा है भाई रूपे आ रहे हो हुण कोलो गल टिकाने लाउणी पैणी है हुण हुण टिकाना पैणा है रौला रप्पा ते पिया है हुण इहदा मतलब कहिंदे कढ़ना पैणा कोई ना कोई हुण इहदा हल कोई करना पैणा है आओ सामने वाइट बॉल तो बाहर शुरुआत जड़ गए हुण हुण खन्ना खड़कू मेरे वीरो हुण हैप्पी ते कोलो हुण ते हैप्पी ए इत्थे रखो वाह नयन उधर मन्नू भरा साडा औलखा वाला कोसा पड़े हुए ने बहुत बहुत धन्यवाद लै भी दसी नयन किन्ने बन गए है एक ओवर ते नौ रनड़े बन गए ने मेरे वीरो एक ओवर समाप्त होया है रनड़े नौ बन गए ने पंज करी कला दी टीम ने दूजे ओवर दी शुरुआत विखरा भी काउट करेगा मैदान दे विच कहिंदे उधर आओ आ गया कहिंदे सतनाम हरदीप कला वाला हां जी संधु जी आस्ट्रेलिया वाले उन्होंने पापा जी विशेष तौर पर आए ने हरदीप संधु जी बहुत बहुत धन्यवाद लवप्रीत भरा साडा आस्ट्रेलिया वाला बहुत वड्डे योगदान ने धन्यवाद ना हो गया जी बोला आ गया आओ भाई रुपए वाले आ मुंडे ने कहने वड्डिया सा मेरे वीरो इहनू बोला क्यों कहंदे सन जदों ये चलदा हुंदा ना फिर कि
किसे दी नहीं सुनना हुंदा है। जदों इहदा बल्ला ओह टच जावे, जदों कांती टच जावे, लोकी कहिंदे इहनूं ना बुलाओ, इह बोला हो गया। इसे करके कहिंदे क्रिकेट दे विच ना बोले ने प्रसिद्धि हटी है। कांती पंज ग्राई वाला उधरले पासे देखदा वी नौजवान आओ सतनाम, इह कहिंदे सिखे बड़ा कहिंदे सतनाम मेरे वीरियो, कदे बर्ड वर्गे तकड़ा खेडो ने और चर्चे कहिंदे होए ने हैप्पी वर्गे ने, कदे सज्जन दी गल और सिखा कला पिंड कहिंदे केवल दी गल मेरे वीरियो, और चल गए ने कबड्डी ने कहिंदे महान खिलाड़ी दा पिंड, राजे ने कहिंदे बड़े चर्चे होए ने बाबे रुखड़दास दी मेहर। इधरले पासे लगना जोर खिलाड़ियों का है, आ मीता प्रधान मीता प्रधान मीता प्रधान इथे रखो, वाह मीतिया मीते होना ने भी कहने ब्रांड मेला कराया मेरे वीरो, रौनक लगी है सुनो सेखे गलां दी धरती दे उपर, कोट कपूरा अंखरी भी पुजा होया है, चर्चे दे भी वड्डे हुंदे है, पर सतनाम बाला पाउंदा मैदान दे विच, कांती है पिछले मैदान कहिंदे हीरो नायन ओल्ड इज कहिंदे गोल्ड खिलाड़ी है। चोटी का खिडारी है और रन्नड़े शेरे वादे जेडे करते हैं मुंडे ने। मैं भी जो तुरा जल्दी मेरे भरा सतनाम दिया कहने बाला पै रही ने, नायन कहने सेखे कलावना फेर तैयार बार तैयार है, दूसरे पास है कंती है पांच ग्रां जा बल्ले 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 ए आ ए था ए था ए था 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 होगी होगी मेरे मित्रों, कहने बोला चल पिया पांच ग्रां वाला तीनू का यार, तीनू का यार है दलविंदर का यार है, बाल कहने सतनाम दी पै रही है, पर उधर भाई रूपे वाले आओ छके दो बज गए तीजा ना बज गए ते वीजा कहने नारियों नो आओ गबरू छके तन गया है, रौला ते पहला सी हुण ते मसला बन गया ते मसला बन गया, उधरले पासे वेख रहे आओ नजारा बजिया है मेला चोटी दा लगदा जोर खिडारियों दा, आओ कंदी 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 ए ए ए हाय ओ रखो वाह नयन बायर जेदे सच्ची न्यार आ रहा मैं ना देख रहा, एक बारी जिन्नी संगत बैठी है जोरदार ताड़ी मार के दसो यार, एन पूरा टाप दा मकाना मेरे वीरो, एन कहने मेरे वीरो सिरे दी टक्कर है, दो ओवर समापा ते 24 बन गए और वेखना भी रनड़े 33 रह गए, 57 करने मेरे वीरो 33 रह गए 15 बाला है, एन वेखना कमाल खेड मैदान दे विच भाई रुपए वाले आए नौजवाना हुण वेखना है आ पांच बालों से मैच कहने मेरे वीर इधर उधर होना है गल हो गई है नी जोत कि दसो जी आओ जी आओ भीरे लक्की जल्दी ना लो और नायम देखना भी जानते जोत आएगा आओ आ गया कहने नायम जोत सरदार सुरजीत सिंह जी कैलगिरी वाले कहने विशे तौर पर पड़े हुए ने जोत भरा साडा कहने सेखे वाले उन्होंने पापा जी और नाल ही सरदार नैब सिंह जी सेखे वाले कहने विशे तौर पर पड़े हुए ने 15 बाला 33 रह गए, पर यह मुंडा बेअंत है मेरे वीरो जिस गभरू ने बाल करनी है भाई रूपे का काला इनू टैगर कहनी है दुनिया और एरिया कहने राम परे फूलना भी एरिया है यारो एदा राम परे फूलना चोटी दी पाटी है 14 बाला छके 5.5 भाई रुपए वाले है 35,000 दिता रहना है इधरले पासे 35 बाल ते मैनू लगदा इथे रखो इथे रखो रौला रप्पा पूरा है रौला रप्पा पूरा है खेल ग्राउंड
ਸਾਹਿਬਾ ਉਹਨਾਂ ਨੂੰ ਵੀ ਬਖਸ਼ੀ ਤਰੱਕੀਆਂ ਜਿਹੜੇ ਮਿੱਤਰਾਂ ਤੋਂ ਲਾਟ ਮਾਰਦੇ ਔਰ ਰੱਬਾ ਉਹਨਾਂ ਨੂੰ ਵੀ ਬਖਸ਼ੀ ਤਰੱਕੀਆਂ ਜਿਹੜੇ ਮਿੱਤਰਾਂ ਤੋਂ ਲਾਟ ਮਾਰਦੇ ਪਰ ਆ ਕੈਦ ਦੇ ਕਹਿੰਦੇ ਮੇਰੇ ਵੀਰੋ ਲਾਟ ਮਰਵਾ ਦੇਣੀ ਹੈ ਹੁਣ ਜਿਹੜਾ ਕੈਦ ਛੁੱਟ ਗਿਆ ਨਾ ਇਹਨੇ ਲਾਟ ਸੁਨਾਮ ਸੇ ਮਰਵਾ ਦੇਣੀ ਹੈ ਘਬਰੂਆ ਹੈ ਔਰ ਸਿੰਪਲ ਜਿਹੜਾ ਕੈਦ ਛੱਡਿਆ ਹੈ ਜੱਜਮੈਂਟ ਵੀ ਹੋ ਗਈ ਸੀ ਪਰ ਹੁਣ ਕੰਤੀ ਕਹਿੰਦਾ ਹੈ ਮੈਨੂੰ ਛੱਡੋ ਮੈਂ ਦੁਆਤ ਕਰਨੇ ਹੈ ਰਹਿੰਦੀਆਂ ਬੋਲਾ ਮੈਂ ਦਬੋੜ ਗਿਆ ਆਓ ਸਾਹਮਣੇ ਕਹਿੰਦੇ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਇਸੇ ਨਗਰ ਦਾ ਮਾਣ ਸਰਾਮਪੁਰ ਵਰ ਦਾ ਕੰਤੀ ਕਹਿੰਦੇ ਤਿਆਰ ਵਰ ਤਿਆਰ ਆਓ ਚਰਚੇ ਦੇ ਖਿਡਾਰੀਆਂ ਨੇ ਪੈਂਦੀ ਹੋਈ ਬਾਲ ਲੱਗ ਰਿਹਾ ਜ਼ੋਰ ਟੱਕਰ ਸਿਰੇ ਦੀ ਬੱਲੇ 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 ਓ ਸਤਨਾਮ ਹੈ ਨਾਇਮ ਖੇਡ ਗਰਾਊਂਡ ਦੇ ਵਿੱਚ ਮੇਰੇ ਵੀਰੋ ਬੜੀ ਤਗੜੀ ਕਹਿੰਦੇ ਫੀਲਡਿੰਗ ਜਿਹੜੀ ਕਰ ਦਿੱਤੀ ਹੈ ਤੇ ਨਾਇਮ ਬੇਅੰਤ ਮੇਰੇ ਵੀਰੋ ਇਸ ਸਮੇਂ ਖੇਡ ਗਰਾਊਂਡ ਦੇ ਵਿੱਚ ਟੱਕਰ ਹੋ ਗਈ ਸ਼ੇਰਾਂ ਦੀ ਖੜਕੇ ਦੇਖੂ ਕੁੱਲ ਜਮਾਨਾ ਮੈਚ ਉਹੀ ਉਹ ਜਿੱਤਣਗੇ ਜਿਨ੍ਹਾਂ ਨੇ ਡੌੜਿਆ ਪੱਟਾ ਗੁੱਟਾ ਦੇ ਵਿੱਚ ਜਾਣਾ ਹੈ ਭਾਈ ਰੁਪਏ ਵਾਲਿਆ ਹੈ ਰੇਨੀਆਂ ਟਪਾਉਣਗੀਆਂ ਭੈਣੀਆਂ ਸੇਖੇ ਵਾਲਾ ਲੋਟ ਨਹੀਂ ਆਉਂਦਾ ਹੈ ਸੇਖੇ ਵਾਲਾ ਲੋਟ ਨਹੀਂ ਆਉਂਦਾ ਹੈ ਭਾਈ ਰੁਪਏ ਵਾਲਿਓ ਲੋਕੀ ਮੰਗ ਕਰਦੇ ਛੱਕੇ ਦੀ ਭਾਈ ਰੁਪਏ ਦਾ ਛੱਕਾ ਮਾਰੇ ਉਹ ਖੇਡ ਗਰਾਊਂਡ ਦੇ ਵਿੱਚ ਨਿਆਰੇ ਭੱਜੇ ਹੋਏ ਨੇ ਔਰ ਕਹਿੰਦੇ ਪੰਜ ਗਰਾਈ ਦੇ ਖੇਡ ਮੇਲੇ ਦੇ ਲੈ ਲਈ ਨੌਜਵਾਨ ਆ ਬਾਲ ਦੇ ਉੱਪਰ ਕਹਿੰਦੇ ਹੱਲਾ ਗੁੱਲਾ ਕਰਨਾ ਪੈਣਾ ਆ ਬਾਲ ਉੱਤੇ ਆ ਕੁਝ ਨਾ ਕੁਝ ਕਰਨਾ ਪੈਣਾ ਪਾਣੀ ਸਿਰ ਤੋਂ ਲੱਗਣਾ ਰਹਿੰਦਾ ਹੈ ਆ ਦੁਨੀਆ ਹਲੇ ਵੀ ਜਿਹੜੀ ਐਨ ਟਕੋ ਟਕੀ ਜੁੜੀ ਬੈਠੀ ਹੈ ਕੰਮ ਕਰ ਛੱਡਿਆ ਲੋਕਾਂ ਨੇ ਵੀ ਮੇਲਾ ਪੰਜ ਗਰਾਈ ਦਾ ਇੱਥੇ ਰੱਖੋ ਹੁਣ ਪੁੱਛ ਰਾਮਪੁਰ ਵਾਲੇ ਨੂੰ ਕਿੰਨੀਆਂ ਕਿੰਨੇ ਰਹਿ ਗਏ ਨੌਜਵਾਨ ਮੇਲਾ ਭਰਿਆ ਹੋਇਆ ਬਾਈ ਬਿੱਕੀ ਬਰਾੜ ਦੀ ਯਾਦ ਦੇ ਵਿੱਚ ਵੱਡੀਆਂ ਰੌਣਕਾਂ ਨੇ ਮੇਰੇ ਵੀਰੋ ਔਰ ਇੱਧਰਲੇ ਪਾਸੇ ਦੇਖਣਾ ਵੀ ਮੇਲਾ ਜਿਹੜਾ ਉਹ ਸੰਪੰਨ ਹੋਣ ਜਾ ਰਿਹਾ ਥੋੜੇ ਸਮੇਂ ਤੱਕ ਲੈ ਵੀ ਦੱਸ ਰਾਮਪੁਰ ਵਾਲਾ ਕਿੰਨੇ ਹੋ ਗਏ ਵਾਸ਼ੂ ਸਾਡਾ ਵੀਰ ਹੈ ਵੱਡੀ ਅਪਡੇਟ ਕਰਦਾ ਚਰਚੇ ਹੁੰਦੇ ਆ ਲਓ 32 ਜਿਹੜੇ ਬਣ ਗਏ ਤੇ 25 ਰਹਿ ਗਏ ਔਰ ਦਿਖ ਰਿਹਾ ਵੀ 10 ਵਾਲਾ 25 ਰਹਿ ਗਏ ਮੈਂ ਵੀ ਦਰਸ਼ਕ ਵੀਰੋ ਛੱਕੇ ਰਹਿ ਗਏ 4 ਤੇ ਬਾਲਾ ਰਹਿ ਗਿਆ 10 ਮੇਰੇ ਵੀਰੋ ਬੈਠ ਗਿਆ ਫਸ ਮੇਰੇ ਵੀਰੋ ਹੈ ਕਮਾਲ ਬਾਲਾ ਕਹਿੰਦੇ 25 ਸਕੋਰ ਜਿਹੜੇ ਬਾਕੀ ਨੇ ਲੈ ਵੀ ਤਿੰਨੋ ਹੁਣ ਕਹਿੰਦੇ ਗੱਲਾਂ ਟਕਾਣੇ ਲੱਗਣਗੀਆਂ ਫਾਇਰੀ ਕਰੀਏ ਸ਼ਰਵਾਟਾ ਵੀਰੇ ਕਰੀਏ ਸਾਡੇ ਭਲੂਰੀਆ ਸਾਹਿਬ ਜੀ ਵਿਸ਼ੇਸ਼ ਤੌਰ ਤੇ ਭਜੇ ਹੋਏ ਨੇ ਬਹੁਤ ਬਹੁਤ ਧੰਨਵਾਦ ਕਰਾਂਗੇ ਮੈਂ ਔਰ ਨਾਲ ਹੀ ਸਾਡੀ ਸਮੁੱਚੀ ਪੰਚਾਇਤ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ 10 ਵਾਲਾ 25 ਰਹਿ ਗਏ ਮੇਰੇ ਵੀਰੋ ਲਓ ਸਾਹਮਣੇ ਬਾਲ ਬੋਬਰੀ ਕਹਿੰਦੇ ਜੋਤ ਆ ਗਿਆ ਮੈਨੂੰ ਲੱਗਦਾ ਹੈ ਜੋਤ ਹੀ ਹੈ ਵੀਰੇ ਹਾਂਜੀ ਹਾਂਜੀ ਬਿਲਕੁਲ ਜੀ ਲਓ ਸੇਖੇ ਬੜਾ ਕਹਿੰਦੇ ਜੋਤ ਮੇਰੇ ਵੀਰੋ ਤਿਆਰ ਵਰ ਤਿਆਰ ਆ ਖਿਡਾਰੀ ਵੀ ਕਹਿੰਦੇ ਥੋੜੇ ਸਮੇਂ ਵਿੱਚ ਮੇਰੇ ਵੀਰੇ ਇੱਕ ਵੱਡਾ ਮੱਲ ਮੜ ਕੇ ਮੂਹਰੇ ਆਇਆ ਹੈ ਜਿਹਨੇ ਬਾਲ ਪਾਉਣੀ ਹੈ ਆ ਸੇਖਾ ਪਿੰਡ ਆ ਖਿਡਾਰੀ ਦਾ ਹੈ ਔਰ ਚਰਚੇ ਹੁੰਦੇ ਨੇ ਮੇਰੇ ਵੀਰੇ ਆ ਖਿਡਾਰੀਆਂ ਨੇ ਕਹਿੰਦੇ ਖੇਡਦੇ ਔਰ ਬਾਲ ਬੋਬਲੀ ਕਹਿੰਦੇ ਕਿ ਮੈਨੂੰ ਤਿਆਰ ਵਰ ਤਿਆਰ ਹੈ ਤਾਰੀ ਕਹਿੰਦੀ ਨੜਵਾ ਨੇ 4 ਛੱਕੇ ਇਧਰਲੇ ਪਾਸੇ ਪਹਿਲੀ ਬਾਲ ਤੇ ਮੈਨੂੰ ਲੱਗਦਾ ਮੈਨੂੰ ਲੱਗਦਾ ਮੈਨੂੰ ਲੱਗਦਾ ਰਾਂਝੜੇ ਛੇ ਭਾਈ ਰੁਪਿਆ ਵਾਲਿਓ ਅੱਜ ਤੇ ਕਹਿੰਦਾ ਹੜ ਜੋ ਪਾਸੇ ਪੰਜ ਗਰਾ ਜਿਹੜਾ ਕਵੇ ਠੀਕ ਹੋ ਇੱਕ ਵਾਰੀ ਆ ਰਾਲਾ ਰੂਲਾ ਲੈਣਾ ਪਾ ਦਿਓ ਐਨ ਕਮਾਲਾ ਨੇ ਮੇਰੇ ਵੀਰੇ ਵਾਹ ਵੇ ਕਹਿੰਦੇ ਐਨ ਕਮਾਲ ਕਰ ਦਿੱਤੀ ਹੈ ਮੁੰਡੇ ਨੇ ਰਾਂਝੜੇ ਛੇ ਰਾਂਝੜੇ ਛੇ ਆ ਗਏ ਹੈ ਔਰ 24 25 ਰਹਿੰਦੇ ਸਨ ਪਰ ਕੰਤੀ ਨੇ ਕਮਾਲ ਕਰ ਦਿੱਤੀ ਹੈ ਜੋਤ ਦੀਆਂ ਬਾਲਾਂ ਪੈਰੀਆਂ ਨੇ ਬੋਲੇ ਦਾ ਪੱਲਾ ਚੱਲ ਪਿਆ ਇਹ ਕਹਿੰਦਾ ਨਾ ਕੋਨੇ ਵਾਂਗੂ ਜਦੋਂ ਮਰਜ਼ੀ ਆ ਜਾਓ ਟੱਚ ਜੀ ਹੁੰਦਾ ਖਿਡਾਰੀ ਤਿਆਰ ਹੈ ਉਧਰ ਵਾਹੇ ਜੋਤ ਵਾਹੇ ਜੋਤ ਐਨ ਸਿਰੇ ਦੀ ਬਾਲ ਜਿਹੜੀ ਪਾਟੀਆਂ ਮੁੰਡੇ ਨੇ 8 ਬਾਲਾਂ ਦੇ ਵਿੱਚ ਉਧਰ ਨਵੀਂ ਫੋਰੀ ਕਹਿੰਦਾ ਜੇ ਪੰਜ ਗਰਾਈ ਦੀ ਟੀਮ ਫਾਸਟ ਆਉਂਦੀ ਹੈ ਤੇ ਕਿੱਟਾਂ ਸਪਾਂਸਰ ਕੀਤੇ ਜਾਣਗੀਆਂ ਵਾਹ ਇਹ ਨਵੀਂ ਨੌਜਵਾਨ ਚਾਹੁੰਦਾ ਰੇ ਆਓ ਸਾਹਮਣੇ ਜੋਤ ਕਹਿੰਦੇ ਫੇਰ ਤਿਆਰ ਹੈ ਇੱਕ ਕੁਲਾਰ ਪਿੰਡੀਆ ਹੈ ਇੱਕ ਲੈਪੋ ਵਾਲਾ ਹਰਜੋਤ ਤਕੜਾ ਖੇਡਿਆ ਇਹਦੇ ਪਾਸੇ ਬੱਲੇ 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 ਵਾਸੀ ਕਰ ਲਈਏ ਬੋਲਾ ਬਾਹਲਾ ਫੇਟਾ ਨੌਜਵਾਨ ਔਰ ਦੇਖਣਾ ਵੀ ਜੋਤ ਬਾਲ ਪਾਉਣ ਲਈ ਫੇਰ ਤਿਆਰ ਹੈ ਜਿਹੜੇ ਜਿਹੜੇ ਕਹਿੰਦੇ ਬੋਲਾ ਛੱਕਾ ਮਾਰੋ ਇੱਕ
सामने 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 मैच चोटी रहे भाई जी ज्यादा समा ना लाइए सत्ता च तेरह रह गए सत बाला तेरह आओ मैच कहने मेरे वीरों चोटी रहा है एन कुंडिया ने सिंह फसे हुए है और दुनिया ना दिल आनी है कोई कहने पांडवर जीतू कोई कहने सिखा जीतू पर परमात्मा ने बना भी कौन जित के जाएगा भाई यार थोड़ा जल्दी करिए बेनती है लाओ सत बाला तेरह मेरे पंजाबी वीरियो लाओ तेरह रह गया सत बाला ने चो पेंदी बाल ओ कांती ने गल कही सी भी भाई विक्की दी आल च मेला कराउणा है ते कराउणा भी ब्रांड मेला एंड ब्रांड हो गया मेरे वीरो सुरे हो गया है एक बार ताड़गा जोरदार मेरे वीरियो बल्ले 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 हाय ओ आए नी चंद्रया हिक जवाजो हिक जवाजो बाल जड़ी दो बाल हो गई दो रह गए छे छे बालों ने रिच है बाल जड़ी दो आए छे पौड़िया ने खड़े है रोड़ा जरा पागल दसो किवे हो कमाल हुई पई है दोले पासे मुंडे खुश ने छे बाला छे ए बल्ले 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 देखना करे भाई रुपए वाहे नाइया ना शेर है गए हले मुकया नहीं हले मुकया नहीं हले खेड़ा छुट्टिया नहीं मेरे वीरियो हुण पंज वाला छे भरथड़े ना नेड़े आ गया सतनाम ने जिहड़ा कह छड़िया ना वो दिसी जाता सारे जिहड़े छक्के कैंटी ने मारे हो नहीं दिंदे जिहड़ा कैच आए कला वो दिसी जाता सारी टीम ने काले का सीगा है जिहड़े तीन छक्के कैंटी ने मारे आना है वो नहीं दिंदे वाकई एन गल कैठे आए महापुरश बैठे ने एन मेरे वीरे बाबा सुंदर दास जी बहुत वड्डी कृपा है गौशाला पनगरे छोटी वाले पुजे हुए है और वड्डी मेहर है बहुत बड़ा मेला होया पनगरे खुरद विच पंज वाला शेर है मेरे वीरो खेड़ ग्राउंड विच लै वी गोलू खड़ो मेरे भरा जल्दी नाल और बाल बोली देखांगे भी केड़ा मुंडा है उधर देखना है भी जाते लक्की या कौन खिलाड़ी आवेगा मैदान दे विचो लक्की है मैं लग रहा है लक्की उस समझाउंदे हां भी लक्की पिंड नेड़े है वाकई वाकई कदे दूर ना हो दे बाईरी करिए शुरुआत वीरे जल्दी नाल हां जल्दी नाल जल्दी नाल और विखरा भी पांच वाला छे पहली आ दो वाला दे मैच है मेरे वीरो पहलिया दो बालों के मैच है हम पांच बाला छे स्कोर जेड़े बाकी ने काला नयन भाई रुपया मेरे वीरो प्यार बार प्यार है नयन लाओ सामने लकी कहते उस वे सेखे वाला मेरे वीरियो भाई रुपये पिटदा कहते काला सामने है पांच बाला छे ए बल्ले 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 और देख लो भी बागे पुराने वाले हो गल टिकाने ला दी है मुंडे ने वाहे भाई रुपए वाले खेड ग्राउंड दे विचो वाकई 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 वहमरा कोई लाज नहीं हुंदा है वहमरा कोई लाज नहीं हुंदा ते कहंदे होर हल हो गया है लवी बागे भराहे वाले आए वाके वहम दा कोई लाज नहीं हुंदा आओ सामने चार बाला छे रहंदे है चार बाला है आओ छे रहंदे है भाई रुपए वाले आए और पहला दसा भी पहलिया दो बाला दे मैच है नयन और चार बाले मेरे वीरो शेर में है सिरे की टक्कर उधर ले पासे बल्ले 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 बोले सो ने हो श्री अकाल रही पंज ग्राई करा दी टीम ते सेकंड सेखा करा तारगा जोर दोनों टीमों मुबारक ने दोनों टीमों बड़ी मुबारकबाद है आए टूरनामेंट के जेतू टीम पनगरे कला फर्स्ट और सैकंड सेखा है और बेस्ट जड़े होर ही निकल गए उधर नाल ही ते जोर होर बंदा रह गया सहयोगी सज्जनों नूं बेनती है भी अपने सरमान जड़े जरूर लेके जाण और कॉफी का लंगर लगा सारे वीरों नूं बेनती भी जरूर छक के आओ दर्शकों नूं भी बेनती है जिहड़ी वधी गई बोतलां च भरेंगे ठीक है जी हाँ जिहड़ा दुद्ध भर गया दे दिओ बोतलां च लै जांगे कोई गल नहीं आस्ट्रेलिया वालिआं